atrás el arriba, bro. ¿Qué? ¿Qué hacía? ਪੰਜ ਜਣੇ ਸੀਗੇ ਬੰਦੇ ਕੰਮ ਕਰੀ ਜਾਂਦੇ ਸੀ। ਅੱਛਾ। ਤੇ ਤਿੰਨ ਰੈਂਪ ਲਾਉਂਦੇ ਸੀਗੇ, ਦੋ ਜਣੇ ਜਮਾਂ ਥੱਲੇ ਖੜੇ ਸੀ, ਇੱਕ ਜਣੇ ਦੂਜੇ ਰੈਂਪ ਤੇ ਖੜਾ ਸੀ ਤੇ ਇੱਕ ਜਣਾ ਜਮਾਂ ਥੱਲੇ ਰੈਂਪ ਤੇ ਖੜਾ ਸੀ। ਅੱਛਾ। ਤੇ ਉੱਥੇ ਪਤਾ ਨਹੀਂ ਉਹ ਤੀਜੇ ਬੰਦੇ ਕੋਲ ਅਸੀਂ ਉਹ ਗੱਦੇ ਪੂਰੇ ਕਰਕੇ ਅਸੀਂ ਤਾਂ ਖੜੇ ਸੀਗੇ ਤੇ ਉਹਦੇ ਬਾਅਦ ਕਿਦਾਂ ਅੱਗ ਪੈ ਗਈ। ਅੱਛਾ। ਤੇ ਅਸੀਂ ਭੱਜ ਲਏ ਦੋ ਜਣੇ ਤੇ ਉਹ ਤਿੰਨ ਜਣਿਆਂ ਦਾ ਬਹੁਤ ਹੀ ਪਤਾ ਨਹੀਂ ਲੱਗਾ। ਠੀਕ ਹੈ। ਦੋ ਜਿਹੜੇ ਤੁਹਾਡੇ ਨਾਲ ਦੇ ਸੀ ਉਹਨਾਂ ਦਾ ਕੀ ਬਣਿਆ, ਜਿਹੜੇ ਦੋ ਜਾਂ ਤਿੰਨ ਜਣੇ? ਤਿੰਨ ਜਣਿਆਂ ਦਾ ਕੋਈ ਪਤਾ ਨਹੀਂ ਲੱਗਾ, ਕੋਈ ਪਤਾ ਨਹੀਂ ਲੱਗਿਆ ਹੈਗਾ। ਜਿਹੜੇ ਰੈਂਪ ਲਾਈ ਜਾਂਦੇ ਸੀਗੇ ਜੀ। ਅੱਛਾ। ਤੇ ਅਸੀਂ ਦੋ ਥੱਲੇ ਸੀਗੇ ਜੀ, ਦੋ ਦੂਜੇ ਰੈਂਪ ਤੇ ਸੀ, ਇੱਕ ਬੰਦਾ ਸੀਗਾ ਉਹ ਜਮਾਂ ਉਥਲੇ ਦੇ ਸੀ। ਅੱਛਾ। ਅਸੀਂ ਦੂਜੇ ਨੂੰ ਫੜਾ ਕੇ ਜਮਾਂ ਤਾਂ ਪੂਰੇ ਕਰਤੇ, ਉਹ ਕਹਿੰਦਾ ਹੁਣ ਨਾ ਫੜਾਇਓ। ਅੱਛਾ। ਅਸੀਂ ਖੜ ਗਏ ਤੇ ਫਿਰ ਉਹ ਜਦੋਂ ਅਸੀਂ ਦੇਖਿਆ ਜੀ ਜਦੋਂ ਅੱਗ ਲੱਗੀ ਪਈ, ਇੱਕ ਲੱਤ ਅੱਗ ਹੀ ਅੱਗ ਹੋ ਗਈ ਜੀ, ਅਸੀਂ ਫਿਰ ਭੱਜ ਗਏ ਦੋਨੇ ਜੀ। ਅੱਛਾ। ਇੱਦਾਂ ਫਿਰ ਅਸੀਂ ਪਿੱਛੇ ਮੁੜ ਕੇ ਦੇਖਿਆ ਨਹੀਂ ਜੀ। ਕਿੰਨੇ ਬੰਦੇ ਸੀ ਤੁਸੀਂ ਉੱਥੇ ਕੰਮ ਕਰ ਰਹੇ? ਅਸੀਂ ਪੰਜ ਜਣੇ ਸੀਗੇ। ਪੰਜ ਜਣੇ ਸੀ? ਹਾਂਜੀ। ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ? ਕੀ ਗੱਲ ਕੀ ਹੋਈ, ਅੱਗ ਲੱਗਣਾ ਕੁਛ ਪਤਾ ਲੱਗਿਆ? ਨਹੀਂ, ਪਤਾ ਨਹੀਂ ਲੱਗਿਆ। ਨਹੀਂ। ਅੱਛਾ। ਅੱਜ ਇੱਥੇ ਡੱਬ ਵਾਲੀ ਰੋਡ 'ਤੇ ਇੱਕ ਫੈਕਟਰੀ ਸੀ ਜਿਹਦੇ ਵਿੱਚ ਕਿ ਇੰਡਸਟਰੀਅਲ ਐਕਸੀਡੈਂਟ ਹੋਇਆ, ਉਹਦੇ ਵਿੱਚ ਜਿਹੜਾ ਇਹਨਾਂ ਦਾ ਸਟੋਰੇਜ ਪਲੱਸ ਵਰਕਿੰਗ ਪਾਰਟ ਹੈ ਉਹਦੇ ਵਿੱਚ ਅੱਗ ਲੱਗੀ ਸੀ। ਉਸ ਟਾਈਮ ਦੇ ਉੱਪਰ 7 ਬੰਦੇ ਜਿਹੜੇ ਲੇਬਰ ਸੀ ਉਹ ਇੱਥੇ ਕੰਮ ਕਰ ਰਹੇ ਸੀ, ਉਹਨਾਂ ਵਿੱਚੋਂ 4 ਬੰਦੇ ਬਚ ਗਏ ਆ ਅਤੇ 3 ਬੰਦੇ ਜਿਹੜੇ ਅੰਦਰ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹ ਜਿਹੜੇ 3 ਬੰਦੇ ਸੀਗੇ ਅੱਗ ਇੰਨੀ ਕੁ ਭਿਆਨਕ ਸੀ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਟਾਈਮ ਵੀ ਨਹੀਂ ਮਿਲਿਆ, ਅਤੇ ਟਾਈਮ ਸਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ ਵੱਖ ਜ਼ਿਲ੍ਹਿਆਂ ਤੋਂ ਅਤੇ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਫਾਇਰ ਬ੍ਰਿਗੇਡ ਗੱਡੀਆਂ ਮੰਗਾ ਕੇ ਟਾਈਮਲੀ ਇਹਨੂੰ ਰੋਕ ਲਿਆ ਅਤੇ ਅੱਗੇ ਵਧਣ ਤੋਂ ਅੱਗੇ ਨਹੀਂ ਵਧਣ ਦਿੱਤਾ। ਬਟ ਅਨਫੋਰਚੁਨੇਟਲੀ ਅਸੀਂ 3 ਜਿਹੜੀ ਸਾਡੀ ਲੇਬਰ ਸੀ ਉਹਨਾਂ ਦੀ ਡੈਥ ਹੋ ਗਈ, ਉਹਨਾਂ ਨੂੰ ਅਸੀਂ ਲੂਜ਼ ਕਰ ਗਏ ਅਤੇ ਉਹਨਾਂ ਨੂੰ ਡੈਡ ਬੋਡੀਜ਼ ਨੂੰ ਅਸੀਂ ਸਿਵਲ ਹੋਸਪਿਟਲ ਭੇਜ ਦਿੱਤਾ ਅਤੇ ਸਵੇਰੇ ਬਾਕੀ ਦਾ ਉਹਨਾਂ ਦਾ ਜਿਹੜਾ ਪੋਸਟਮਾਰਟਮ ਅਤੇ ਅਗਲੀ ਕਾਨੂੰਨੀ ਕਾਰਵਾਈ ਆ ਉਸ ਵੇਲੇ। ਅੱਗ 'ਤੇ ਵਿਦਨ ਦਾ ਟਾਈਮ ਪੀਰੀਅਡ ਵਿਦਨ 1 ਆਵਰ ਸਾਰੀਆਂ ਗੱਡੀਆਂ ਸਾਡੀਆਂ ਪਹੁੰਚ ਗਈਆਂ ਸੀ, ਨਾਲ ਦੇ ਜ਼ਿਲ੍ਹਿਆਂ 'ਚੋਂ ਵੀ ਮੰਗਾ ਲਈਆਂ ਸੀ ਅਤੇ ਅੱਗ 'ਤੇ ਕਾਬੂ ਪਾ ਲਿਆ। ਸਰ, ਮੁੱਢਲੇ ਹਾਲਾਤਾਂ ਤੋਂ ਕੀ ਲੱਗਦਾ ਅੱਗ ਦੇ ਕਾਰਨ ਦਾ ਪਤਾ ਲੱਗਿਆ? ਇਹ ਮੈਟਰ ਆਫ ਇਨਵੈਸਟੀਗੇਸ਼ਨ ਹੁੰਦਾ ਜੀ, ਕਿਉਂਕਿ ਸਿੰਗਲ ਚੀਜ਼ 'ਤੇ ਨਹੀਂ ਕਹਿ ਸਕਦੇ। ਠੀਕ ਹੈ।
ਸੋ ਜੋ ਆ ਹੁਣ ਦੀ ਗੱਲਬਾਤ ਆ ਉਹ 'ਚ ਤਾਂ ਇਹ ਕਹਿ ਰਿਹਾ ਕਿ ਐਕਸੀਡੈਂਟ ਹੈ, ਬਟ ਵੀ ਵਿਲ ਗੋ ਡੀਪ ਇਨ ਟੂ ਇਟ। ਜੋ ਵੀ ਇਨਕੁਆਇਰੀ ਹੋਊਗੀ ਉਹ ਸਾਰੇ ਹਾਲਾਤ ਦੇਖ ਕੇ, ਮੌਕੇ ਦੀ ਵਿਜਿਟ ਕਰਕੇ ਉਹਨਾਂ ਨੂੰ ਦੇਖ ਕੇ ਦੱਸਾਂਗੇ।